ਮੰਡੀ ਵਾਲੇ ਪੈਟਰੋਲ ਪੰਪ ਤੇ ਦੋ ਲੁਟੇਰੇ ਮਹਿਲਾਵਾਂ ਤੋਂ ਪਰਸ ਖੋ ਕੇ ਭੱਜਣ ਲੱਗੇ ਮੌਕੇ ਤੇ ਕੀਤੇ ਗਏ ਕਾਬੂ। ਗਿੱਦੜਬਾਹਾ ਦੇ ਮੰਡੀ ਵਾਲੇ ਪੈਟਰੋਲ ਪੰਪ ਤੇ ਦੋ ਲੁਟੇਰੇ ਅਤੇ ਦੋ ਮਹਿਲਾਵਾਂ ਦੇ ਕੋਲੋਂ ਪਰਸ ਖੋ ਕੇ ਭੱਜਣ ਲੱਗੇ, ਉਹਨਾਂ ਨੂੰ ਮੌਕੇ ਤੇ ਹੀ ਕਾਬੂ ਕੀਤਾ ਗਿਆ। ਬੀਤੇ ਕਈ ਦਿਨਾਂ ਤੋਂ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਮਾਮਲਿਆਂ ਤੋਂ ਤੰਗ ਪਰੇਸ਼ਾਨ ਗਿੱਦੜਬਾਹਾ ਦੇ ਲੋਕਾਂ ਨੇ ਕੀਤੀ ਗਿੱਦੜਕੁੱਟ। ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਕੈਦ ਹੋਣ ਦੇ ਉਪਰੰਤ ਪੁਲਿਸ ਨੂੰ ਸੱਜਿਆ ਗਿਆ। ਮੰਡੀ ਵਾਲੇ ਪੈਟਰੋਲ ਪੰਪ ਦੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਦੋ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਪੈਟਰੋਲ ਪੰਪ ਤੇ ਖੜੀਆਂ ਔਰਤਾਂ ਦੇ ਕੋਲੋਂ ਪਰਸ ਖੋ ਕੇ ਭੱਜਣ ਲੱਗੇ। ਉਹਨਾਂ ਨੂੰ ਲੋਕਾਂ ਦੇ ਵੱਲੋਂ ਦਬੋਚ ਲਿਆ ਗਿਆ। ਆ ਟੀਕਾ ਟੋਪੀ ਚ ਪਾਈ ਜਾਂਦਾ ਸੀਗਾ, ਉਹ ਤਾਂ ਪਰਲਾ ਮੰਨੀ ਜਾਂਦਾ, ਕਹਿੰਦਾ ਭੱਜਦਾ ਲੈ ਕੇ ਜਾਂਦਾ ਮੋਟਰਸਾਈਕਲ। ਉਹ ਪਰਲਾ ਮੰਨੀ ਜਾਂਦਾ ਮੋਟਰਸਾਈਕਲ ਤਾਂ ਬਈ ਬਾਈ ਨੇ ਜਦੋਂ ਫੜਿਆ ਨਾ ਮੋਟਰਸਾਈਕਲ, ਜਦੋਂ ਬਾਈ ਨੇ ਜੱਫਾ ਪਾਇਆ ਛੱਡਿਆ ਨਹੀਂ ਪਰਸ। ਆ ਬਾਈ ਗਵਾਹ ਸਾਰੇ, ਕੁੜੀ ਨੇ ਪਰਸ ਨਹੀਂ ਛੱਡਿਆ। ਮੈਂ ਮੋਬਾਈਲ ਹੈ ਇਹਨਾਂ ਦੇ, ਆ ਮੋਬਾਈਲ ਇਹਨਾਂ ਦੇ ਛੋਟੇ ਬਸ ਵੀਡੀਓ ਨਹੀਂ ਬਣਾ। ਹਾਂਜੀ ਛੱਡਿਆ ਨਹੀਂ ਬਾਬਾ ਇਹਨਾਂ ਨੇ। कोई आटो दे